डेंगू की रोकथाम को लेकर निगम तैयार, कहा मेयर रिंटू ने। डेंगू की लड़ाई में जनता का सहयोग जरूरी। 26 मशीन कर्मी, 30 हैंड कर्मी शहर में कर रहे हैं स्प्रे का काम। मेयर करमजीत सिंह रिंटू ने आज डेंगू की रोकथाम तथा जनता को जागरूक करने के लिए एक मीटिंग की, जिसमें डेंगू की रोकथाम के लेकर निगम द्वारा पूरी तैयारी का दावा करते हुए रिंटू ने कहा कि शहर को 5 जोन में बांटा गया है। प्रत्येक जोन के लिए एक एमरजेंसी स्प्रे मशीन काम कर रही है। इसके अलावा 16 स्प्रे मशीनें 2 शिफ्टों में काम करते हुए प्रतिदिन 32 वार्ड को कवर कर रही है। इसी के साथ 5 और मशीनें खरीदी जा रही हैं। इसके अलावा 30 हैंडपम्प वाले कर्मचारी शहर में स्प्रे का काम कर रहे हैं। रिंटू ने कहा कि केवल स्प्रे से डेंगू पर कंट्रोल नहीं किया जा सकता, इसके साथ जनता को जागरूक हो सहयोग देना पड़े। केसेस वधे ने और उदे लई न्यूज़ पेपर या तुसी सारे जिन्ने भी साडे मीडिया दे कर्मी साडे भरा ने वह भी अपना रोल निभाउंदे ने। और कोई भी जड़ी चीज़ सानू भावें कॉरपोरेशन नैगेटिव भी तुसी लिखो, सानू चंगी लगती है कि जे कोई लोगों दी मुश्किलां ने तो वह साडे ध्यान दे विच आउणियां चाहीदियां ने। सो इस चीज़ का यह नहीं कि असी अज नोटिस लै रहे हैं, असी डे वन तो ही इस चीज़ का नोटिस लिया सी। मैं और साडे नगर निगम कमिश्नर माणयोग MS जग्गी जी, असी दोवां ने इस काम नूं आप मोनीटर करना चालू किया सी। और पहले दिन तो जिन्ना भी साडा अमला फैला सीगा उस नूं असी डेंगू की रोकथाम लई लगाया सीगा। अज भी तुसी देखिया कि साडियां जिहड़ियां 16 मशीनां पहलां ने 5 असी होर खरीद के लगा लईआं सीगियां, जिहड़ियां 21 हो चुकियां सी और 5 साडियां कल आ रहीआं ने। ਇਹ ਟੋਟਲ 26 ਮਸ਼ੀਨਾਂ ਸਾਡੀਆਂ ਹੁਣ ਕੰਮ ਕਰਨਗੀਆਂ। ਅੱਜ ਤੱਕ 21 ਮਸ਼ੀਨਾਂ ਕੰਮ ਕਰ ਰਹੀਆਂ, ਕੱਲ੍ਹ 26 ਹੋ ਜਾਣਗੀਆਂ। ਇਸ ਤੋਂ ਇਲਾਵਾ 30 ਬੰਦੇ ਉਹ 30 ਜਿਹੜੇ ਹੈਂਡ ਪੰਪ ਵਾਲੇ ਜਿਨ੍ਹਾਂ ਨੇ ਕੋਵਿਡ ਦੇ ਦੌਰਾਨ ਕੰਮ ਕੀਤਾ ਸੀ, ਅੱਜ ਤੋਂ ਅਸੀਂ ਉਹ 30 ਬੰਦੇ ਵੀ ਫੀਲਡ 'ਚ ਉਤਾਰ ਦਿੱਤੇ ਆ। ਸੋ ਨਗਰ ਨਿਗਮ ਦਿਨ ਰਾਤ ਜੋ ਨਗਰ ਨਿਗਮ ਦੀ ਡਿਊਟੀ ਬਣਦੀ ਉਹਨੂੰ 2 ਸ਼ਿਫਟਾਂ 'ਚ ਕਰ ਰਿਹਾ। ਇਹਦੇ ਵਿੱਚ ਅਸੀਂ ਜਿਹੜੀਆਂ ਸਾਡੀਆਂ ਪਹਿਲੀਆਂ 21 ਮਸ਼ੀਨਾਂ ਸੀ ਉਹਦੇ ਵਿੱਚੋਂ ਅਸੀਂ 16 ਮਸ਼ੀਨਾਂ ਫੀਲਡ ਦੇ ਵਿੱਚ ਲਗਾਤਾਰ 2 ਸ਼ਿਫਟਾਂ 'ਚ ਸਵੇਰੇ ਅਤੇ ਸ਼ਾਮੀ ਇੱਕ ਇੱਕ ਵਾਰਡ ਕਰਦੀਆਂ ਨੇ। ਟੋਟਲ 32 ਵਾਰਡਾਂ ਸਾਡੀਆਂ ਉਹ 16 ਮਸ਼ੀਨਾਂ ਕਰ ਰਹੀਆਂ ਨੇ। ਜਿਹੜੀਆਂ 5 ਮਸ਼ੀਨਾਂ ਨਵੀਆਂ ਨੇ ਉਹਨਾਂ ਨੂੰ ਅਸੀਂ ਸਾਡੀਆਂ 5 ਜ਼ੋਨਾਂ ਨੇ ਸਾਰੇ ਸ਼ਹਿਰ ਦੀਆਂ ਕੰਸਟੀਚੁਐਂਸੀ ਵਾਈਜ਼, ਅਸੀਂ ਉਹ 5 ਮਸ਼ੀਨਾਂ ਨੂੰ ਇੱਕ ਇੱਕ ਜ਼ੋਨ 'ਚ ਵੰਡਿਆ। ਔਰ ਜਿੱਥੇ ਵੀ ਕੋਈ ਐਮਰਜੈਂਸੀ ਜਾਂ SOS ਕਾਲ ਆਉਂਦੀ ਆ ਉੱਥੇ ਉਹ 5 ਮਸ਼ੀਨਾਂ ਉਹ ਸਪਰੇਅ ਕਰਨ ਜਾਂਦੀਆਂ ਨੇ। ਔਰ ਇਸ ਤਰੀਕੇ ਦੇ ਨਾਲ 21 ਮਸ਼ੀਨਾਂ ਕੰਮ ਕਰ ਰਹੀਆਂ ਨੇ, ਕੱਲ੍ਹ ਤੋਂ 5 ਹੋਰ ਨਵੀਆਂ ਆ ਕੇ 26 ਸ਼ੁਰੂ ਕਰ ਦੇਣਗੀਆਂ। ਔਰ 30 ਬੰਦੇ 26 ਅਤੇ 30 ਅੱਜ 56 ਬੰਦੇ ਹੋ ਜਾਣਗੇ। 30 ਹੈਂਡ ਪੰਪ ਵਾਲੇ ਅਸੀਂ ਕੋਵਿਡ ਵਾਲੀ ਟੀਮ ਵੀ ਲਗਾ ਦਿੱਤੀ। ਇਹ ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਤਦ ਕਰ ਰਹੇ ਹਾਂ ਕਿ ਇਹ ਜੇ ਤਾਂ ਸਪਰੇਅ ਦੇ ਨਾਲ ਡੇਂਗੂ ਕੰਟਰੋਲ ਹੁੰਦਾ ਹੋਵੇ ਤਾਂ ਅਸੀਂ ਇੱਥੇ ਸੈਂਕੜੇ ਮਸ਼ੀਨਾਂ ਹੋਰ ਵੀ ਨਵੀਆਂ ਲੈ ਕੇ ਲਾ ਦਾਂਗੇ। ਕਾਰਪੋਰੇਸ਼ਨ ਸਕਸ਼ਮ ਆ, ਕੋਈ ਫੰਡਾਂ ਦੀ ਘਾਟ ਨਹੀਂ, ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ। ਪਰ ਅੱਜ ਤੁਹਾਡੇ ਮਾਧਿਅਮ ਨਾਲ ਸਾਡਾ ਹੁਣ ਇੱਕ ਚੀਜ਼, ਉਹ ਵੀ ਸਾਡਾ ਹੀ ਫਰਜ਼ ਬਣਦਾ, ਜਿਹਦੇ 'ਚ ਮੈਂ ਆਪਣੇ ਆਪ ਨੂੰ ਪਹਿਲਾਂ ਥੋੜ੍ਹਾ ਅਸੀਂ ਢਿੱਲੇ ਸਮਝਦੇ ਸੀ, ਅੱਜ ਤੋਂ ਅਸੀਂ ਉਹਦੇ ਉੱਤੇ ਵੀ ਕੰਮ ਕਰਨਾ ਸ਼ੁਰੂ ਕੀਤਾ ਕਿ ਲੋਕਾਂ ਨੂੰ ਅਵੇਅਰ ਕਰਨਾ ਪਏਗਾ ਜਿਹਦੇ ਵਿੱਚ ਦੂਜੇ ਡਿਪਾਰਟਮੈਂਟਸ ਦੀ ਡਿਊਟੀ ਸੀਗੀ, ਕਿੰਨੇ ਹੱਦ ਤੱਕ ਉਹ ਕਰ ਪਾਏ ਕਿੰਨੇ ਤੱਕ ਨਹੀਂ ਕਰ ਪਾਏ ਮੈਂ ਉਸ ਗੱਲ 'ਚ ਨਹੀਂ ਜਾਵਾਂਗਾ। ਪਰ ਇਹ ਸ਼ਹਿਰ ਸਾਡਾ ਵਾ, ਲੋਕਾਂ ਨੇ ਇਹਦੀ ਵਾਕਡੋਰ ਸਾਨੂੰ ਫੜਾਈ ਆ, ਮੈਨੂੰ ਫਸਟ ਸਿਟੀਜਨ ਬਣਾਇਆ ਹੈ। ਸਾਡੇ ਬਹੁਤ ਸਤਿਕਾਰਯੋਗ ਸੀਨੀਅਰ IAS ਅਫਸਰ ਸਾਡੇ ਨਾਲ ਕਮਾਂਡ ਸੰਭਾਲੇ ਨੇ ਔਰ 85 ਕੌਂਸਲਰ ਲੋਕਾਂ ਨੇ ਨੁਮਾਇੰਦੇ ਬਣਾ ਕੇ ਭੇਜੇ। ਅਸੀਂ ਲੋਕਾਂ ਦੀ ਇੱਥੇ ਪ੍ਰਤੀਨਿਧਤਾ ਕਰ ਰਹੇ ਹਾਂ। ਅਸੀਂ ਇਹ ਨਹੀਂ ਵੇਖਾਂਗੇ ਕਿਹੜੇ ਡਿਪਾਰਟਮੈਂਟ ਦਾ ਕੰਮ ਆ ਕਿਹੜੇ ਦਾ ਨਹੀਂ, ਇਹ ਸਾਡਾ ਆਪਣਾ ਸ਼ਹਿਰ, ਸਾਡੇ ਆਪਣੇ ਲੋਕ ਨੇ, ਸਾਡਾ ਫਰਜ਼ ਬਣਦਾ ਇਹਨਾਂ ਨੂੰ ਬਚਾਉਣਾ। ਔਰ ਖਾਸ ਤੌਰ 'ਤੇ ਜਦੋਂ ਜਾਨਲੇਵਾ ਬਿਮਾਰੀ ਸ਼ਹਿਰ ਦੇ ਵਿੱਚ ਫੈਲੀ ਹੋਵੇ, ਅੱਜ ਤੁਹਾਡੇ ਮਾਧਿਅਮ ਨਾਲ ਸ਼ਹਿਰ ਵਾਸੀਆਂ ਨੂੰ ਅਸੀਂ ਇੱਕ ਅਵੇਅਰ ਕਰਨ ਦੀ ਕੋਸ਼ਿਸ਼ ਕੀ ਕਰ ਰਹੇ ਹਾਂ ਕਿ ਸਵੇਰੇ ਅਸੀਂ ਹੈਲਥ ਡਿਪਾਰਟਮੈਂਟ ਨਾਲ ਗੱਲ ਕੀਤੀ, ਜਿੰਨੇ ਵੀ ਕੇਸ ਅੱਜ ਤੱਕ ਆਏ ਨੇ 99.999 ਇਹ ਸਾਰੇ ਕੇਸ ਲੋਕਾਂ ਦੇ ਆਪਣੇ ਘਰਾਂ ਦੇ ਵਿੱਚ ਲਾਰਵਾ ਪਾਇਆ ਗਿਆ ਔਰ ਘਰਾਂ ਤੋਂ ਆਏ ਨੇ। ਜਰਨਲ ਪਬਲਿਕ ਪਲੇਸਿਸ ਤੋਂ ਇੱਕ ਕੇਸ ਵੀ ਅੱਜ ਤੱਕ ਟਰੇਸ ਨਹੀਂ ਹੋਇਆ ਔਰ ਨਾ ਹੀ ਸਾਡੀਆਂ ਟੀਮਾਂ ਨੇ ਉਸ ਚੀਜ਼ ਦੇ ਉੱਤੇ ਕਿਤੇ ਕੋਈ ਕੁਤਾਹੀ ਨਹੀਂ ਵਰਤੀ। ਸਾਡੀਆਂ ਨਗਰ ਨਿਗਮ ਦੀਆਂ ਟੀਮਾਂ ਨੇ ਜਿੱਥੇ ਵੀ ਕੋਈ ਓਪਨ ਦੇ ਵਿੱਚ ਪਾਣੀ ਖੜਾ ਸੀ ਉੱਥੇ ਹੋਰ ਨਹੀਂ ਕੋਈ, ਤਾਂ ਤੇਲ ਹੀ ਪਾ ਦਿੱਤਾ ਕਿ ਉਹਦੇ ਨਾਲ ਲਾਰਵਾ ਮਰ ਜਾਵੇ ਔਰ ਉੱਤੇ ਤਹਿ ਬਣ ਜਾਂਦੀ ਤੇਲ ਦੀ ਕਿ ਥੱਲੇ ਉਹਦੇ 'ਚੋਂ ਕੋਈ ਮੱਛਰ ਪੈਦਾ ਨਾ ਹੋਵੇ। ਔਰ ਬੜੀ ਇੰਟੈਂਸਿਵ ਫੋਗਿੰਗ ਰੱਖੀ ਆ ਜਿਹਦੇ ਲਈ ਸਾਡੇ
8 चीफ सेंट्री इंस्पैक्टर, उन्होंने थले 26 सेंट्री इंस्पैक्टर दिन रात काम करते हैं, दो दो शिफ्टां काम कर रहे हैं। और इन सारे की मोनीटरिंग साढ़े 3 सीनियर मोस्ट डॉक्टर ने, साडे डॉक्टर योगेश जी, योगेश अरोड़ा जी, साडे MOH सौरभ चावला, और जिहड़ी इस वेले सारी मलेरिया की साडे डिपार्टमेंट की वागडोर संभाली आ मैडम डॉक्टर रमा जी ने, और ये सारे इन की देख रेख तक थले चीफ सेंट्री इंस्पैक्टर, सेंट्री इंस्पैक्टर काम कर रहे हैं। सो ये अपना काम इदा ही करते रहेंगे, असी अपने काम नू डबल करांगे, अगे भी डबल शिफ्ट कर रहे हैं, होर असी इंटेंसिव करांगे। पर अज तुहाडे माध्यम नाल शहर वासियों नू एक गल मैं दसनी चाहुंदा कि ये सारा लार्वा तुहाडे घरां च पैदा हो रहा, ये गलियां च नहीं गा, मुहल्लियां च नहीं गा, गंदगी तो नहीं ये मच्छर फैलता। ये एक जिहड़ी मिथ बन गई आ जिहनू कोई नहीं लभदा, वह कह दिंदा जी नगर निगम ने इत्थे इंज नहीं कीता, उंज नहीं कीता। असी हर साडी जिम्मेवारी आ, असी तुहाडे लोकां दे नुमाइंदे आ, जो भी कहो कि साडे सिर मत्थे, पर जिहड़ी चीज़ जानलेवा हो सकदी उत्थे सानू सफाई देनी बड़ी जरूरी आ कि तुसी अपने घरां दे विचों जिद्दां तुहाडे कूलरां च साफ पानी खलोता, फ्रिजां दीआं ट्रेआं साफ करो, छत्तां दे उत्ते कोई पानी खलोता हो सकदा बारिश दा, गमलियां दे विच पानी हो सकदा, किते भी जिथे साफ सुथरा पानी या सलाब होएगी उत्थे डेंगू का लार्वा पैदा होएगा, और डेंगू पैदा होएगा और लोगों की जान को खतरा बनेगा। इस वेले